भारत के पड़ोसी देश पाकिस्तान वालों एक वक्रे ही तरीके नाल हीरोइन समगल किया जा रहा है। इंटरनेशनल तस्करा वालों ड्रोन राही हीरोइन समगल करके भारत में लिया जाता है। इंटरनेशनल तस्कर चढ़े पुलिस के हत्थे। तुसी भी देखो की है पूरा मामला। अमृतसर तो शाम प्रजापति की रिपोर्ट, लाइव भारत। कमिश्नर ऑफ पुलिस नौनिहाल सिंह की सुपरविजन हेठ थाने बी डिवीजन की पुलिस को एक बड़ी सफलता हाथ लगी है। एक 16 मई को दोषी गिरफ्तार किया गया सीगा जोबनजीत सिंह पुत्र सुखविंदर सिंह जिहड़ा कि पिंड नशहरा का रहन वाला है, सराय अमानतखा थाना। उहदे कोलों 100 फुटी रोड से 200 ग्राम हीरोइन बरामद की गई सी। 3 दिन का रिमांड लैन तो बाद बारीकी नाल पुछगिछ की गई तो कल शाम को एक वड्डी सफलता हाथ लगी। सानू उहदे कोलों फरदर 2 किलो 400 ग्राम हीरोइन, 1 किलो 950 ग्राम नशीला पाउडर, 740,000 ड्रग मनी, तो 1 पिस्तल 32 बोर ते नाल 5 रोंद जिहड़े कि बरामद हुए हैं। इहदी कि फॉरवर्ड ते बैकवर्ड जिहड़े लिंक ने उहदी बहाल की जा रही है। तो सानू उम्मीद है कि जल्द ही एक वड्डे नैटवर्क का खुलासा होएगा। अच्छा ਅੱਛਾ ਸਰ ਇਹਨੇ ਸਪਲਾਈ ਦੇਣੀ ਕਿੱਥੇ ਸੀ ਇਹ ਨਸ਼ੇ ਦੀ? ਇਹ ਜਿਹੜੀ ਸਪਲਾਈ ਕਿੱਥੇ ਦੇਣੀ ਸੀਗੀ ਉਹ ਆਪਾਂ ਇਨਵੈਸਟੀਗੇਟ ਕਰ ਰਹੇ ਹਾਂ। ਸਾਡੀ ਬਹਾਲ ਜਾਰੀ ਹੈ, ਉਹ ਇੱਕ ਓਪਰੇਸ਼ਨਲ ਪਾਰਟ ਹੈ, ਤੁਹਾਨੂੰ ਹਲੇ ਦੱਸ ਨਹੀਂ ਸਕਦੇ। ਲਿਆਂਦਾ ਕਿ ਤੁਸੀਂ ਜਿੱਥੇ ਲਿਆਂਦਾ ਸੀਗਾ ਇਹਨੇ 15 ਤਾਰੀਖ ਨੂੰ ਡਰੋਨ ਰਾਈ ਇਹ ਸਮਾਨ ਚੱਕਿਆ ਸੀਗਾ ਬਰੋਪਾਲ ਪਿੰਡ ਤੋਂ। ਇੱਕ ਅਲੀ ਨਾਂ ਦਾ ਸਮਗਲਰ ਹੈ ਪਾਕਿਸਤਾਨੀ, ਉਹਦੇ ਥਰੂ ਇਹ ਟੱਚ ਸੀ ਅਤੇ ਉਹਨੇ ਹੀ ਡਰੋਨ ਰਾਈ ਸਮਾਨ ਇਹ ਭੇਜਿਆ ਸੀ। ਸਰ ਕਿੰਨੇ ਦੇਰ ਤੋਂ ਸਰਗਰਮ ਹੈ ਜੀ ਇਹ? ਇਸ 'ਤੇ ਪੁਰਾਣਾ ਇੱਕ ਪਰਚਾ ਇਹਦੇ ਦੱਸਣ ਮੁਤਾਬਕ ਪਰਚਾ ਹੈਗਾ, ਆਪਾਂ ਉਹ ਕਢਵਾ ਰਹੇ ਡਿਟੇਲਸ, ਅਤੇ ਇਹਦੇ ਦੱਸਣ ਮੁਤਾਬਕ ਤਾਂ 4-5 ਸਾਲ ਤੋਂ ਕੰਮ ਕਰ ਰਿਹਾ। ਅੱਛਾ ਇਹਦੀ ਬੈਕਗ੍ਰਾਉਂਡ ਕੀ ਹੈ ਸਰ? ਇਹ ਆਪ ਨਸ਼ਾ ਕਰਦਾ ਸੀ ਜਾਂ ਨਹੀਂ ਕਰਦਾ ਜਾਂ ਕੰਮ ਤੋਂ ਹੋਰ ਕੀ ਕਰਦਾ ਸੀ? ਇਹ ਅਫੀਮ ਦਾ ਹੈਗਾ, ਐਡਿਕਟ ਹੈਗਾ ਅਫੀਮ ਦਾ। ਅਫੀਮ ਦਾ ਤਾਂ ਕਾਰੋਬਾਰ ਕੋਈ ਇਹਦਾ ਬੈਕਗ੍ਰਾਉਂਡ ਫੈਮਿਲੀ ਨਹੀਂ? ਕੋਈ ਬੈਕਗ੍ਰਾਉਂਡ ਨਹੀਂ ਹੈ ਜੀ ਇਹਦਾ। ਇਹਦੇ ਪਿਓ 'ਤੇ ਵੀ ਸਮਗਲਿੰਗ ਦੇ ਪਰਚੇ ਦਰਜ ਸੀਗੇ, ਉਹ ਕਢਾਉਂਦੇ ਡਿਟੇਲ ਤੁਹਾਨੂੰ ਦੇ ਦਿੰਦੇ ਹਾਂ। ਨਹੀਂ ਹਲੇ ਨਹੀਂ ਜੋ ਐਕਸਪਾਇਰ ਹੋ ਗਿਆ। ਅਤੇ ਵੈਸੇ ਬਿਲਕੁਲ ਸਰਹੱਦ ਦੇ ਨਾਲ ਲੱਗਦਾ ਪਿੰਡ ਹੈ ਨਸ਼ਹਿਰਾ, ਅਤੇ ਇਹਦੇ ਨਾਲ 2-3 ਕਿੱਲੇ ਪੈ ਲਈ ਹੈ, ਅਤੇ ਇਸ ਤੋਂ ਇਲਾਵਾ ਇਹਦੇ ਕੋਈ ਸੋਰਸ ਆਫ ਇਨਕਮ ਵੀ ਨਹੀਂ। ਕਿਹਾ ਜਾ ਸਕਦਾ ਕਿ ਇਹ ਕ੍ਰਿਮੀਨਲ ਫੈਮਿਲੀ ਹੈ, ਪਿਛਲੇ ਫਾਦਰ ਵੀ ਜੇ ਹੋਣ ਵੀ? ਹੁਣ ਇਹਦੇ ਉੱਤੇ ਕਿੰਨੇ ਮਾਮਲੇ ਦਰਜ ਹੋਣਗੇ? ਇਸ 'ਤੇ ਇੱਕ ਮੁਕੱਦਮਾ ਪੁਰਾਣਾ ਦਰਜ ਹੈ। ਇਹ ਕਾਹਦਾ ਸੀ? ਉਹ 307 ਦਾ ਮੁਕੱਦਮਾ ਸੀਗਾ। 307 ਕੀ ਹੈ, ਵਿਆਹਿਆ ਵਾ ਜਾਂ ਕੁਆਰਾ? ਨਹੀਂ ਵਿਆਹਿਆ ਵਾ ਨਹੀਂ ਹੈ, ਕੁਆਰਾ ਹੀ ਹੈ। ਕੁਆਰਾ ਹੀ ਹੈ ਹੁਣ ਸਰ। ਅਗਲੀ ਇਹੀ ਹੈ ਕਿ ਆਪਾਂ ਇਹਦੇ ਫੋਰਵਰਡ ਲਿੰਕ ਵੇਖਦੇ ਹਾਂ। ਬੈਕਵਰਡ ਲਿੰਕ ਤਾਂ ਸਾਨੂੰ ਕਲੀਅਰ ਹੋ ਗਿਆ, ਫੋਰਵਰਡ ਲਿੰਕ ਆਪਾਂ ਵੇਖਣਗੇ ਜਿਹੜਾ ਇਹਦਾ ਨੈਟਵਰਕ ਹੈ, ਜਿਹਨੂੰ ਜਿਹਨੂੰ ਇਹ ਸਮਾਨ ਸਪਲਾਈ ਕਰਦਾ ਰਿਹਾ, ਉਹਨਾਂ ਦੀ ਅਰੈਸਟ ਪਾਵਾਂਗੇ, ਉਹਨਾਂ ਨੂੰ ਫੜਾਂਗੇ। ਅੱਛਾ, ਜਿਸ ਤਰ੍ਹਾਂ ਤੁਸੀਂ ਪਾਕਿਸਤਾਨ ਵਿੱਚ ਲਿੰਕ ਦੱਸਦੇ ਪਏ, ਕੋਈ ਸਿਮ ਮਿਲੀ ਸਾਨੂੰ ਜਿਹਦੇ ਵਿੱਚ ਨੰਬਰ? ਅੱਜ ਕੱਲ੍ਹ ਜੀ ਵਟਸਐਪ ਤੋਂ ਗੱਲ ਹੁੰਦੀ ਹੈ, ਵਟਸਐਪ 'ਤੇ ਗੱਲ, ਵਟਸਐਪ ਰਾਹੀਂ ਗੱਲ ਕਰਦਾ ਸੀ। ਅਤੇ ਉਹ ਜਿਹੜਾ ਪਾਕਿਸਤਾਨ ਦੇ ਵਿੱਚ ਜਿਹੜਾ ਤੁਹਾਨੂੰ ਦੱਸਦੇ ਪਏ, ਉਹਦਾ ਕੀ ਕੋਈ ਉਹਦਾ ਸਟੇਟਸ ਪਤਾ ਲੱਗਾ ਕੌਣ ਹੈ? ਨਹੀਂ ਉਹ ਸਮਗਲਰ ਹੀ ਹੈ। ਸਲੀਪਰ ਸੈਲ ਸੀ ਆਪਾਂ ਕੀ ਕੌਣ ਵਾ? ਹਾਂਜੀ ਅਲੀ ਨਾਂ ਦਾ ਬੰਦਾ ਹੈ। ਅਲੀ ਨਾਂ ਦਾ? ਹਾਂਜੀ ਸਰ। ਸਲੀਪਰ ਸੈਲ ਸੀ ਕਿ ਜਾਂ ਫਿਰ ਮੇਨ ਤਸਕਰੀ ਹੋਈ ਹੈ ਕਿ ਇਹ ਆਪ ਖੇਪ ਮੰਗਾਈ? ਆਪ ਇਹਨੇ ਆਪ ਹੀ ਖੇਪ ਮੰਗਾਈ ਹੈ ਜੀ। ਆਪ ਹੀ ਖੇਪ ਮੰਗਾਈ ਹੈ? ਨਹੀਂ ਨਹੀਂ ਆਪ ਹੀ ਮੰਗਾਈ ਹੈ।